ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਅੱਜ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਕਰ ਲੈਣਾ ਕਲਿੱਕ, ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਮੇਰੇ ਭਰਾਵਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਬਾਕੀ ਜਨਾਬ ਮੇਰੇ ਕੈਮਰੇ ਨਜ਼ਰ ਹੈ, ਮਾਸ਼ਾਅੱਲਾ ਪੂਰਾ ਜਨਾਬ ਫੁੱਟ ਫੁੱਟ ਲੱਤਾਂ ਤੋਂ ਬਾਹਰ ਲਾਈ ਖੜੀ ਹੈ। ਫਾੜੀ ਵਾਲਾ ਵਾਨਾ ਪੂਰਾ ਜਨਾਬ ਵਿਰਲਾ ਤੇ ਥਾਣ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਸੌਦਾ ਨਾਲ ਨਸੀਬਾਂ ਦੇ। ਬਾਕੀ ਜਨਾਬ ਇਹਦਾ ਜੋ ਹਿਸਾਬ ਕਿਤਾਬ ਹੈ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ ਅੱਲਾਹ ਦੇ ਫਜ਼ਲੋ ਕਰਮ ਦੇ ਨਾਲ। ਮੇਲਾ ਮਾਸ਼ਾਅੱਲਾ ਮੇਲੇ ਲਾਈ ਖੜੀ ਹੈ। ਬਾਕੀ ਜਨਾਬ ਇਹ ਸੂਈ ਹੋਈ ਹੈ, ਕਿੰਨੇ ਦਿਨ ਹੋ ਗਏ ਨੇ, ਕੀ ਇਹਦਾ ਹਿਸਾਬ ਕਿਤਾਬ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਸ਼ਾਹ ਕਾਲੀ ਘੱਟ ਕਾਲੀ ਝੋਟੀ ਮਾਸ਼ਾਅੱਲਾ, ਦੂਜਾ ਸੁਆਹ ਸੂਈ ਹੈ, ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ, ਬਰੀਕ ਜੀ ਪੁਛਲ ਹੈ। ਬਾਕੀ ਜਨਾਬ ਕੱਟ ਕਾਲੀ ਖੱਬੇ ਦਾ ਵਾਨਾ ਮੁੱਠ ਮੁੱਠ ਤੇ ਥਣ, ਸੋਹਣਾ ਥਣ ਮਾਸ਼ਾਅੱਲਾ, ਪੂਰਾ ਬਿਰਲਾ ਦੇ ਥਣ, ਚਾਰੇ ਖੋਰ ਇੱਕੋ ਜਿਹਾ ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ, ਤੁੰਨੀ ਕੌੜੀ ਤੋਂ ਸਾਫ ਟੁਰਦੀ ਫਿਰਦੀ ਕੈਮਰੇ ਨਜ਼ਰ ਵਿੱਚ, ਕੱਦ ਚੰਗਾ ਲਾਮ ਚੰਗੀ ਮਾਸ਼ਾਅੱਲਾ, ਚੋਟੀ ਚ ਕੋਈ ਸ਼ੱਕ ਨਹੀਂ ਮਾਸ਼ਾਅੱਲਾ, ਦੂਜਾ ਸੁਆਹ ਸੂਈ ਹੈ ਮਾਸ਼ਾਅੱਲਾ, ਖੱਬੇ ਦਾ ਵਾਨਾ ਹੈ। ਅੱਜ ਮੇਰੇ ਭਰਾਵਾਂ ਦੇ ਇਨਸ਼ਾਅੱਲਾ ਰੂਹ ਖੁਸ਼ ਹੋਵੇਗਾ, ਸ਼ੌਕ ਪੂਰਾ ਕਰਦੀ ਹੈ ਮਾਸ਼ਾਅੱਲਾ, ਤੁੰਨੀ ਕੌੜੀ ਤੋਂ ਸਾਫ ਹੈ, ਪਛਮ ਜਨਾਬ ਗਿੱਠ ਗਿੱਠ ਮਾਸ਼ਾਅੱਲਾ, ਲੈਣੇ ਦੇਣੇ ਮੁਕੱਦਰ ਹੁੰਦੇ ਨੇ ਸੌਦਾ ਨਾਲ ਨਸੀਬਾਂ ਦੇ। ਆਪਣੇ ਵੀਰਾਂ ਵਾਸਤੇ ਸਫ਼ਰ ਕਰਕੇ ਹਮੇਸ਼ਾ ਨੀਲੀ ਦੇ ਜਾਨਵਰ ਗੁਲਾਮ ਅਹਿਮਦ ਚੈਨਲ ਤੇ ਆਪਣੇ ਭਰਾਵਾਂ ਦੇ ਇਨਸ਼ਾਅੱਲਾ ਰੂਹ ਖੁਸ਼ ਕਰਨ ਵਾਸਤੇ ਅੱਛੇ ਜਾਨਵਰ ਪਾਏ ਜਾਂਦੇ ਨੇ। ਆਹ ਕਤਰੀ ਕਤਰੀ ਸਿੰਘੀ ਮਾਸ਼ਾਅੱਲਾ ਤੌਣ ਕੈਮਰੇ ਨਜ਼ਰ ਵਿੱਚ ਹੈ, ਛੋਟੀ ਜਿਹੀ ਬੂਥੀ ਲੰਮੀ ਬਰੀਕ ਬੂਥੀ, ਸ਼ਾਹ ਕਾਲੀ ਮਾਸ਼ਾਅੱਲਾ ਖੂਬਸੂਰਤ ਬੜੀ ਹੈ ਮੱਝ। ਬਾਕੀ ਜਨਾਬ ਇਹਦਾ ਜੋ ਮਾਮਲਾਤ ਹੈ, ਜੋ ਹਿਸਾਬ ਕਿਤਾਬ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਮੇਰਾ ਕੈਮਰਾਮੈਨ ਚਾਰ ਸਫੇਰੋ ਜਨਾਬ ਤਸੱਲੀ ਕਰਵਾਵੇਗਾ, ਮੇਰੇ ਭਰਾਵਾਂ ਨੇ ਇਨਸ਼ਾਅੱਲਾ ਆਪਣੀਆਂ ਨਿਗਾਹਾਂ ਨਾਲ ਵੇਖ ਲੈਣਾ ਤੁੰਨੀ ਤੋਂ ਲੈ ਕੇ ਤੇ ਸਾਰ ਤੱਕ ਆਵਾਨਾ ਨਾ ਹੋਵੇ ਤੇ ਫਿਰ ਜਨਾਬ ਗੱਲਾਂ ਹੋਣਗੀਆਂ, ਬਾਕੀ ਇਨਸ਼ਾਅੱਲਾ ਗਰੰਟੀਆਂ ਦੀਆਂ ਮੁਕੰਮਲ ਹੋਣਗੀਆਂ। ਚਾਚਾ ਜੀ ਦਰਾਓ ਖਾਂ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਲਓ ਜੀ, ਗੱਲ ਇਹ ਕਿ ਆਪਾਂ ਮੱਝ ਵਿਖਾਈ ਜਾਂਦੇ ਹਾਂ, ਸਭ ਤੋਂ ਪਹਿਲੇ ਇਹ ਦੱਸਣਾ ਹੈ, ਗੱਲ ਮੇਰੀ ਵੀ ਸੁਣਨੀ ਤੇ ਆਪਣੀ ਵੀ ਸੁਣਾਣੀ ਆਪਣੇ ਭਾਈਆਂ ਨੂੰ, ਠੀਕ ਹੈ ਜੀ? ਇਹ ਕਿੰਨਵਾਂ ਸੂਆ ਸੂਈ ਹੈ? ਇਹ ਦੂਜਾ ਜੀ, ਇਹ ਦੂਜਾ ਵਾਰਾ ਸੂਈ ਹੈ। ਹਾਂਜੀ, ਦੂਜਾ ਸੂਆ। ਤੇ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ? ਅੱਜ ਇਹਨੂੰ ਪੰਜਵਾਂ ਦਿਨ ਆ ਸੂਈ ਨੂੰ। ਅੱਜ 5 ਦਿਨ ਹੋ ਗਏ ਨੇ ਸੂਈ ਨੂੰ, 5ਵਾਂ ਦਿਨ ਉਹ ਕੱਟੀ ਖੜੀ ਹੈ ਜੀ। ਤੇ ਇਹ ਜਨਾਬ, ਹਾਂਜੀ, ਇਹਦੇ ਮਗਰ ਵੀ ਕੱਟੀ ਹੈ? ਮਗਰ ਵੀ ਕੱਟੀ, ਮਗਰ ਵੀ ਕੱਟੀ, ਠੀਕ ਹੋ ਗਿਆ, ਮਗਰ ਕੱਟੀ। 5 ਦਿਨ ਹੋ ਗਏ ਨੇ ਸੂਈ ਨੂੰ ਤੇ ਥਣਾ ਦੀ ਆਪਣੀ ਮੁਕੰਮਲ ਗਰੰਟੀ, ਥਣਾ ਦੀ ਆਪਣੀ ਗਰੰਟੀ, ਥਣਾ ਦੇ ਵਿੱਚ ਘਾਟਾ ਵਾਧਾ, ਘਾਟਾ ਵਾਧਾ, ਡੰਡ ਮਰੋੜੀ, ਛੱਟਾ ਫੁਹਾਰਾ, ਆਪਾਂ ਜ਼ਿੰਮੇਦਾਰ, ਥਰ ਪਸਮਾ, ਕਿਸੇ ਕਿਸਮ ਦਾ, ਕਿਸੇ ਕਿਸਮ ਦਾ ਨੁਕਸ ਹੋਵੇ ਆਪਾਂ ਛੱਟਾ ਮਾਰੇ ਆਪਣੀ, ਪੁਹਾਰ ਮਾਰੇ ਆਪਣੀ, ਕਿਸੇ ਕਿਸਮ ਦਾ ਨੁਕਸ ਹੋਵੇ, ਪਸਮਾ ਕੂੜਾ ਹੋਵੇ ਆਪਣੀ, ਚੋਣ ਮਾੜਾ ਹੋਵੇ ਆਪਣੀ ਆਪਣੀ, ਠੀਕ ਹੋ ਗਿਆ, ਕੋਈ ਗੰਢ ਮਰੋੜੀ ਹੋਵੇ ਆਪਣੀ। ਬਾਕੀ ਇਹ ਜਨਾਬ ਦੱਸਣ ਦੀ ਜ਼ਰੂਰਤ ਹੀ ਨਹੀਂ ਦੀ, ਮੇਰੇ ਭਰਾਵਾਂ ਨੇ ਇਨਸ਼ਾਅੱਲਾ ਖੁਦ ਸ਼ਨਾਖਤ ਕਰਨੀ ਹੈ। ਦੂਜਣ ਮੈਂ ਵਾਕਈ ਹਾਜੀ ਸਾਹਿਬ ਪਿਓਰ ਨੀਲੀ ਦਾ ਜਨਾਬ, ਇੱਕ ਹੱਡੀ ਹੈ, ਛੋਟੀ ਮੱਖੀ ਹੈ, ਅੱਗੋ ਮੱਝ ਪਤਲੀ ਹੈ, ਪਿੱਛੋਂ ਚੌੜੀ ਹੈ, ਸਾਰੀਆਂ ਚੀਜ਼ਾਂ ਜਨਾਬ ਕੈਮਰੇ ਵਿੱਚ ਹੁੰਦੀਆਂ ਨੇ। ਮੈਂ ਹੁਣ 7 ਕਿਲੋ ਟਾਈਮ ਨਾਲ ਦਿੰਦੀ, ਇੱਕ ਟਾਈਮ ਦਾ 7 ਕਿਲੋ, ਅੱਲਾ ਦੇ ਹੁਕਮ ਨਾਲ ਕੱਟੀ ਨੂੰ ਇੱਕ ਥਣ ਪਿਆ ਕੇ ਅਗਲਾ, ਤੇ 2 ਟਾਈਮ ਦਾ 14 ਕਿਲੋ, 14 ਕਿਲੋ, ਹੁਣ ਇਹਦੇ ਥੱਲੇ ਦੁੱਧ ਮੈਂ ਦਊਗੀ 20 ਕਿਲੋ। ਅੱਛਾ ਬਾਬਾ ਜੀ, ਸਭ ਤੋਂ ਪਹਿਲੇ ਤੁਸੀਂ ਇਹ ਗੱਲ ਕਰਨੀ ਆਪਾਂ ਨੂੰ ਕਿ ਮੁਹੱਬਤ ਪਿਆਰ ਨਾਲ ਵੇਚਣੀ ਹੈ, ਉਹਨੇ ਕੋ ਪੈਸੇ ਮੰਗਣੇ ਜੇ ਜਿਹੜੇ ਆਪਾਂ ਲੈ ਲੈਣੇ ਨੇ, ਇਹ ਵਪਾਰੀਆਂ ਦੀ ਡਿਮਾਂਡ ਨਹੀਂ ਕਰਨੀ, ਇਹ ਵੀਡੀਓ ਤੁਹਾਡੀ ਆਪਾਂ ਪਾਈ ਜਾਂਦੇ ਆ, ਅਪਲੋਡ ਕਰਨੀ ਹੈ, ਤੇ ਇਹਦੇ ਚੋਖੇ ਪੈਸੇ ਮੰਗਿਆ ਕੋਈ ਨੀ ਕਿਸੇ ਨੇ ਦੇਣੇ, ਜੋ ਕੋਈ ਨੀ ਦੇਣੇ, ਸਹੀ ਗੱਲ ਹੈ, ਤੇ ਮੁਹੱਬਤ ਪਿਆਰ ਨਾਲ ਆਪਾਂ ਸੇਲ ਕਰਨੀ ਹੈ ਕਿਸੇ ਆਪਣੇ ਵੀਰ ਦੇ ਨਾਲ, ਮੰਗਣ ਨੀ ਇਹਦਾ, 5 ਲੱਖ ਵੀ ਮੰਗ ਲੈਨੇ ਆ, 3,80,000 ਦੀ ਮੈਂ ਦੇ ਦਿਆਂ, 3,80,000 ਦੀ ਦੇ ਦਿਆਂ, 3,80,000 ਦੀ, ਹਾਂਜੀ। ਇਹਦੇ ਵਿੱਚ ਕੋਈ ਜਨਾਬ ਛੋਟਾ ਮੋਟਾ ਕੋਈ ਪਿਆਰ ਮੋਟਾ ਹੁਣ ਕੋਈ ਕਸਰ ਆ? ਮੈਂ ਤਾਂ 5 ਲੱਖ ਦੀ ਆ ਜੀ, ਪਿਆਰ ਮੁਹੱਬਤ ਕਰਨਾ ਪਿਆਰ ਮੁਹੱਬਤ,
ਚਲੋ ਪਿਆਰ ਮੁਕਤ ਕਰ ਲਾਂਗੇ ਮਾੜਾ ਮੋਟਾ ਤਾਂ ਗੱਲ ਕੋਈ ਨੀ, ਮੈਂ ਤਾਂ ਵੇਖ ਲਾ। ਅੱਛਾ ਜੀ, 3,80,000 ਰੁਪਇਆ ਇਹਦੇ ਵਿੱਚ ਪਿਆਰ ਮੁਹੱਬਤ ਤੇ ਬਾਬਾ ਜੀ ਹਾਜ਼ਰ ਮੌਕੇ ਤੇ 10 ਕਿਲੋ ਤਾਂ ਘਿਓ ਦਿੱਤਾ ਮੈਂ ਦੇਸੀ, 10 ਕਿਲੋ ਘਿਓ ਦਿੱਤਾ ਮੈਂ ਇਹਨੂੰ ਦੇਸੀ। ਚਲੋ ਉਹ ਤਾਂ ਖੁਰਾਕ ਦੇਣੀ ਪੈਂਦੀ ਹੈ ਤੇ ਬੱਚੇ ਨੂੰ ਛੱਡ ਕੇ ਹਾਜ਼ਰ ਟਾਈਮ ਦੁੱਧ ਕਿੰਨਾ ਹੈ? ਦੁੱਧ 14 ਕਿਲੋ। 14 ਕਿਲੋ ਗਰੰਟੀ ਆ ਅੱਲਾਹ ਦੇ ਹੁਕਮ ਨਾਲ, ਐ ਠਾਰ ਕੇ ਮਿਲਣ ਲਵੇ ਅਗਲਾ 3 ਥਣਾਂ ਦਾ, ਇੱਕ ਥਣ ਆ ਕੇ ਜਨਾਬ ਇੱਕ ਥਣ ਕੱਟੀ ਨੂੰ ਪਿਆ ਕੇ ਚੋਈ 3 ਟਾਈਮ ਕਰ ਲਵੇ, ਟਾਈਮ ਰੱਖ ਕੇ ਕਰ ਲਵੇ, ਟਾਈਮ ਤੋਂ ਟਾਈਮ। ਹਾਂਜੀ ਟਾਈਮ ਤੋਂ ਟਾਈਮ 14 ਲੀਟਰ। ਹਾਂਜੀ ਤੇ ਬਾਬਾ ਜੀ ਮੈਲਾ ਸ਼ੇਰਾ ਸੱਟੇਗੀ ਤੇ ਕਿੰਨਾ? ਮੈਲਾ ਤਾਂ ਅਜੇ ਅਜੇ 5ਵਾਂ ਦੇਣਾ ਜੇ ਸੱਟਣਾ ਮੈਂ, ਮੈਲਾ ਤਾਂ ਅਜੇ ਸੱਟਣਾ ਇਹਨੇ। ਤੇ ਕਿੰਨਾ ਕੁ ਦੁੱਧ ਕਰੇਗੀ ਇਹ? ਦੁੱਧ 20 ਕਿਲੋ ਕਰ ਦੂਗੀ, ਮੈਂ ਬਹੁਤਾ ਨਹੀਂ ਕਰਦੀ, ਐਵੇਂ ਕਈ ਝੂਠ ਮਾਰੀ ਜਾਈ ਉਹਦਾ ਫਾਇਦਾ ਕੋਈ ਨਹੀਂ। ਯਾਨੀ ਕਿ 20 ਕਿਲੋ ਦੀ ਗਰੰਟੀ ਮੈਲਾ ਸ਼ੇਰਾ ਸੱਟੇਗੀ ਅੱਲਾ ਦੇ ਹੁਕਮ ਦੇ ਨਾਲ, ਜਿਵੇਂ ਕੂੰਜ ਹੁੰਦੀ ਆ ਹੱਥ ਰੱਖਿਆ ਸਿੰਘ ਨਾਲ ਲੋਕੇ ਤੇ ਤਾਂ ਦੱਸ। ਨਹੀਂ ਨਹੀਂ ਮਾਸ਼ਾਅੱਲਾ ਮਾਸ਼ਾਅੱਲਾ, ਇਹ ਤਾਂ ਮਲੰਗਣੀ ਆ, ਜਾ ਜਿੱਦਣ ਨੂੰ ਛੱਡਦੇ ਉਦਣ ਨੂੰ ਕਰਮਾਂ ਵਾਲੀ ਤੁਰੀ ਫਿਰਦੀ। ਲੋ ਜਨਾਬ 14 ਲੀਟਰ ਦੀ ਹਾਜ਼ਰ ਟਾਈਮ ਗਰੰਟੀ ਦੁੱਧ ਦੀ, 5ਵਾਂ ਦਿਨ ਆਈ ਸੂਈ ਨੂੰ ਉਹਵੇਂ ਦੀ ਕੱਟੀ ਖੜੀ, 5 ਦਿਨ ਹੋ ਗਏ ਨੇ ਸੂਈ ਨੂੰ। ਮਾਜ ਮਾਸ਼ਾਅੱਲਾ ਲੱਤਾਂ ਨੂੰ ਜਨਾਬ ਫੁੱਟ ਫੁੱਟ ਬਾਹਰ ਲਾਈ, ਕਦੇ ਨੀਲੀ ਤੇ ਬਟਨ ਲੱਗੇ ਨੇ ਸਾਹਿਬ, ਲੇਵੇ ਜੀ ਪੈਣਾ। ਬਾਕੀ ਜਨਾਬ ਇਹ ਮੇਰੇ ਭਰਾਵਾਂ ਨੇ ਇਨਸ਼ਾਅੱਲਾ ਆਪਣੇ ਨਿਗਾਹਾਂ ਨਾਲ ਵੇਖ ਲੈਣਾ ਇਹ ਦੁੱਧ। ਮਾਸ਼ਾਅੱਲਾ ਮੱਝਾਂ ਨਸਲ ਜ਼ਾਤ ਦੀਆਂ ਹੋਣ ਤੇ ਉਹ ਹੀ ਦਿੰਦੀਆਂ ਨੇ, ਬਾਕੀ ਆਰਡਰ ਮਾਸ਼ਾਅੱਲਾ ਚੰਗਾ, ਤੁਲੀ ਕੋੜੀ ਤੋਂ ਸਾਫ਼ ਹੈ, ਚਾਰ ਸਵੇਰੋ ਮਾਸ਼ਾਅੱਲਾ ਖੂਬਸੂਰਤ ਹੈ। ਕੋਈ ਜਨਾਬ ਇਹਦੇ ਜਨਾਬ 21 ਦੇ 21 ਹਜ਼ਾਰ ਅੱਲਾਹ ਦੇ ਫਜ਼ਲੋ ਕਰਮ ਨਾਲ ਕੋਈ ਮੇਰਾ ਵੀਰ ਭਰਾ ਸਫ਼ਰ ਕਰਕੇ ਆਵੇ, ਅੱਲਾਹ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਉਹਦਾ ਸਫ਼ਰ ਐਵੇਂ ਜ਼ਾਇਆ ਨਹੀਂ ਜਾਏਗਾ, ਅੱਲਾਹ ਦੇ ਫਜ਼ਲੋ ਕਰਮ ਦੇ ਨਾਲ ਸ਼ੌਕ ਪੂਰਾ ਕਰਾਉਂਦੀ ਹੈ। ਬਾਕੀ ਲੈਣੇ ਦੇਣੇ ਮੁਕੱਦਰ ਹੁੰਦੇ ਨੇ, 3,80,000 ਰੁਪਇਆ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਕਰਵਾਵਾਂਗੇ। ਜਨਾਬ ਸ਼ਾਹਕਾਲੀ ਕੱਟੀ ਹੈ ਮਾਸ਼ਾਅੱਲਾ, ਖੂਬਸੂਰਤ ਕੱਟੀ ਹੈ, ਕੈਮਰੇ ਨਜ਼ਰ ਵਿੱਚ ਹੈ, ਲੈਣੇ ਦੇਣੇ ਮੁਕੱਦਰ। ਸੌਦਾ ਨਾਲ ਨਸੀਬਾਂ ਦੇ, ਹਮੇਸ਼ਾ ਕੋਸ਼ਿਸ਼ ਕਰਕੇ ਆਪਣੇ ਭਰਾਵਾਂ ਵਾਸਤੇ, ਅੱਛੇ ਨੀਲੀ ਦੇ ਜਾਨਵਰ ਆਪਣੇ ਭਰਾਵਾਂ ਵਾਸਤੇ ਇਨਸ਼ਾਅੱਲਾ ਲੱਭ ਲੱਭ ਕੇ ਆਪਣੇ ਚੈਨਲ ਤੇ ਪਾਏ ਜਾਂਦੇ ਨੇ, ਮਾਸ਼ਾਅੱਲਾ ਮਾਸ਼ਾਅੱਲਾ। ਬਾਕੀ ਵੀਡੀਓ ਪਸੰਦ ਆਵੇ ਤੇ ਆਪਣੇ ਜਨਾਬ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ। ਨੰਬਰ ਹੁੰਦਾ ਹੈ ਡਿਸਕ੍ਰਿਪਸ਼ਨ ਦੇ ਵਿੱਚ, 0348-6688 ਇਹ ਜਨਾਬ ਆਪਣਾ ਵਟਸਐਪ ਨੰਬਰ ਹੈ, ਇਹ ਆਪਣਾ ਇਮੋ ਨੰਬਰ ਹੈ। ਮਿਲਾਂਗੇ ਜਨਾਬ ਇੱਕ ਅੱਛੀ ਤੇ ਬਿਹਤਰੀਨ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ। ਚੱਲ ਚਲੋ।